ਲੈ ਬਈ ਸਤਿ ਸ਼੍ਰੀ ਅਕਾਲ। ਮੈਂ ਅੱਜ ਆਪਣੀ ਬੇਗਮ ਸਾਹਿਬਾ ਨਾਲ ਆਇਆ ਵਾਂ ਸ਼ਹਿਰ ਨੂੰ। ਕੁਝ ਖਾਣ ਪੀਣ ਆਏ ਸੀਗੇ, ਥੋੜ੍ਹੀ ਜਿਹੀ ਛੋਟੀ ਜਿਹੀ ਜ਼ਰੂਰੀ ਸਮਾਨ ਸੀਗਾ ਸ਼ਹਿਰੋਂ, ਉਹ ਲਿਜਾਣਾ ਸੀਗਾ। ਬਾਕੀ ਆਪਾਂ ਅੱਜ ਜੀਪ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਕੱਲ੍ਹ ਉਹਨਾਂ ਨੇ ਸਾਰੀ ਬੋਡੀ ਨਾਲ ਲਾ ਕੇ ਅਤੇ ਜੋ ਵੀ ਉਹਦਾ ਹੈਗਾ ਹਾਲਾਤ ਵੇਖਾਂਗੇ ਕੀ ਆ। ਨਵੀਂ ਬੋਡੀ ਕੱਲ੍ਹ ਨੂੰ ਆ ਜਾਣੀ ਆਪਣੀ, ਉਹ ਉਹਨਾਂ ਨੂੰ ਉੱਤੇ ਰੱਖ ਦੇਣੀ, ਉਹਦੀਆਂ ਵੀ ਗੱਲਾਂ ਬਾਤਾਂ ਕਰਾਂਗੇ, ਰੰਗ ਦੀਆਂ, ਟਾਇਰਾਂ ਦੀਆਂ। ਪਹਿਲਾਂ ਚਲੋ ਜਨਾਬ ਲੈ ਕੇ ਆਓ, ਛੇਤੀ ਜਾਓ। ਉੱਧਰ ਪਰਲੇ ਬੰਨੇ ਇਹਨਾਂ ਕੋਲ ਵੀ ਸ਼ਾਇਦ ਹੋਵੇ, ਉਹ ਲੈ ਜਾਓ ਜਨਾਬ। ਬਟ ਮੈਂ ਸਿੱਧਾ ਕਰਕੇ ਫੜਨਾ, ਮੇਰਾ ਪੇਪਰ ਬਹੁਤ ਹੈ ਵਿੱਚ ਇਹਦੇ, ਔਰ ਮੇਰਾ ਸਾਰਾ ਕੁਝ ਸਿੱਟਿਆ ਹੋਇਆ। ਕੀ ਆ, ਕਿੰਨੇ ਦਿਨਾਂ ਬਾਅਦ ਚਲਾਈ ਉਹਨੂੰ, ਬਹੁਤ ਵਧੀਆ ਲੱਗਣ ਦੀ ਆ, ਬਹੁਤ ਵਧੀਆ ਲੱਗਣ ਦੀ। ਲੈ ਕੀ ਆ, ਤੇ ਮੈਨੂੰ ਯਾਰ ਇੱਦਾਂ ਲੱਗਦੀ ਜਿੱਦਾਂ ਮੈਂ ਖਿਡੌਣੇ 'ਤੇ ਬੈਠਾ ਹੁੰਦਾ ਹਾਂ। ਮਾੜੀ ਰੇਸ ਨਾਲ ਆਪਾਂ ਦੌੜ ਪੈਂਦੀ ਆ, ਸਟੇਜ ਛੱਡਾ ਹੌਲੀ ਹੋ ਜਾਂਦੀ ਆ, ਜਿੱਦਾਂ ਨਾ ਬਹੁਤ ਹੀ ਹਲਕੀ ਗੱਡੀ 'ਤੇ ਬਹਿ ਗਿਆ ਹੁੰਦਾ ਆ। ਬਾਕੀ ਜਿਹੜਾ ਵੱਡੀਆਂ ਗੱਡੀਆਂ 'ਤੇ ਬਹਿਣ ਲੱਗ ਪਵੇ ਨਾ, ਉਹਨਾਂ 'ਚ ਕੰਫਰਟ ਹੀ ਬੜਾ ਆ। ਉਹ ਜਨਾਬ ਜੀ ਫੇਵਰੇਟ ਗੋਲ ਗੱਪੇ ਵਾਲਾ ਇੱਥੇ, ਉਹੀ ਜਿਹਦੇ ਕੋਲ ਜਲੇਬੀਆਂ ਵਾਲੀ ਆਉਂਦੇ ਹੁੰਦੇ ਆਪਾਂ, ਹੈ ਨਾ। ਮਾਣਾ ਵਧੀਆ ਉੱਥੇ, ਇੱਥੇ ਕੀ ਸੀਗਾ, ਕਿੱਧਰ ਗਿਆ? ਇੱਥੇ ਸੀ ਜਾਂ ਅੱਗੇ ਆ ਜਾਂ ਪਿੱਛੇ ਰਹਿ ਗਿਆ? ਐਪਲ ਦੇ ਸ਼ੋਰੂਮ ਤੋਂ ਅੱਗੇ ਆ, ਪਿੱਛੇ ਖਾ ਲਈ ਦੋ ਚਾਰ। ਮੈਂ ਵੀ ਆਪਾਂ ਘਰੇ ਵੀ ਬਣਾ ਲਿਆ ਕਰੀਏ ਇੱਦਾਂ ਦਾ, ਹੈ ਗੱਡੀ ਆਪਣੀ 16 ਦੀ ਐਵਰੇਜ ਦੇਣ ਦੀ ਆ, ਮੈਂ ਹੁਣ ਰੀਸੈਟ ਕੀਤੀ, ਕਦੀ 16 ਦੀ ਦੱਸਦੀ, ਕਦੀ 17 ਦੀ, ਕੋਈ ਸਮਝ ਨਹੀਂ ਲੱਗਦੀ ਇਹ ਸਿਸਟਮ ਜੋ, ਇੱਕਦਮ ਹੀ 15 ਦੀ ਦੱਸਣ ਲੱਗ ਪੈਂਦੀ, ਫਿਰ 16, ਫਿਰ 17, ਇੱਦਾਂ ਵੱਧ ਗਈ, ਕੋਈ ਸਮਝ ਨਹੀਂ ਲੱਗਣ ਦੀ। ਚਾਈਨਾ ਦਾ ਸਮਾਨ ਲੱਗਾ ਵਿੱਚ ਇਹਦੇ, ਪਤਾ ਹੀ ਨਹੀਂ ਲੱਗਦਾ ਇਹਦਾ ਕੁਛ ਵੀ, ਗਲਤ ਦੱਸਦੀ ਆ, ਕੋਈ ਸਮਝ ਨਹੀਂ ਲੱਗਦੀ। ਜੇ ਕਿਸੇ ਨੂੰ ਪਤਾ ਹੈ ਤਾਂ ਮੇਰਾ ਭਰਾ ਦੱਸਿਓ, ਉਹ ਸਹੀ ਦੱਸਦੀ ਹੈ ਜਾਂ ਗਲਤ ਦੱਸਦੀ ਹੈ। ਹੁਣ 16.5 ਦੀ ਹੋ ਗਈ, ਜੀਪ ਨੂੰ ਐਰਕੀ ਆਪਾਂ ਨਾ ਖਤਰਨਾਕ ਜਿਹਾ ਰੰਗ ਕਰਾਉਣਾ, ਤੇ ਟਾਇਰ ਜਿਹੜੇ ਤੁਸੀਂ ਦੱਸੇ ਸੀਗੇ ਨਾ, 3 ਸਭ ਤੋਂ ਜ਼ਿਆਦਾ ਜਿਹੜੀ ਵੋਟ ਪਾਈ ਆ ਟਾਇਰਾਂ ਨੂੰ, ਫਸਟ ਐਂਡ ਥਰਡ ਸਭ ਤੋਂ ਜ਼ਿਆਦਾ ਮੇਰੇ ਖਿਆਲ ਨਾਲ ਫਸਟ ਨੂੰ ਪਈ ਹੈ ਨਾ, ਦੂਜੇ ਨੰਬਰ 'ਤੇ ਥਰਡ, ਤੇ ਜਿਹੜਾ ਸੈਕਿੰਡ ਵਾਲਾ ਉਹਨੂੰ ਤਾਂ ਬਹੁਤ ਘੱਟ ਆ, ਉਹ ਮੈਨੂੰ ਵੀ ਨਹੀਂ ਚੰਗਾ ਲੱਗਾ। ਅਤੇ ਉਹ ਲੱਭਣ ਦੇ ਆ ਟਾਇਰ, ਕਿਉਂਕਿ ਉਹ ਜਿਹੜੀਆਂ ਜਿਨ੍ਹਾਂ ਦੀਆਂ ਫੋਟੋਆਂ ਲਾਈਆਂ ਨਾ, ਉਹ ਸਾਈਜ਼ ਫੋਟੋ 'ਚ ਤਾਂ ਠੀਕ ਆ ਤੁਹਾਨੂੰ ਲੱਗਦੇ, ਪਰ ਉਹ ਸਾਈਜ਼ ਕਈਆਂ ਦੇ ਛੋਟੇ ਆ, ਕਈਆਂ ਦੇ ਵੱਡੇ ਆ। ਜਿਹੜਾ ਆਪਾਂ ਪਾਉਣਾ ਆ ਉਹ ਸਾਈਜ਼ ਅਸੀਂ ਲੱਭਣ ਦੇ ਹਾਂ, ਜੇ ਲੱਭ ਗਿਆ ਤਾਂ ਫਿਰ ਬੱਲੇ ਬੱਲੇ ਹੀ ਆ। ਬਾਕੀ ਕੱਲ੍ਹ ਤੋਂ ਅਸਲੀ ਜਿਹੜੀ ਮੋਡੀਫਿਕੇਸ਼ਨ ਸ਼ੁਰੂ ਹੋਣੀ ਆ ਗੱਡੀ ਦੀ ਆਪਣੀ ਦੀ, ਕੱਲ੍ਹ ਨੂੰ ਵੇਖਦੇ ਹਾਂ ਉਹਦੇ ਵਿੱਚ ਕੀ ਸਹੀ ਆ ਅਤੇ ਕੀ ਪੈਣ ਵਾਲਾ ਆ ਉਹਦਾ, ਉਹ ਚੀਜ਼ਾਂ ਪਵਾਵਾਂਗੇ। ਬੋਡੀ ਕਿੱਟ ਤਾਂ ਪੂਰੀ ਪੈਣੀ ਪੈਣੀ ਆ ਹੁਣ, ਸਾਰੇ ਜਣੇ ਇਹਨਾਂ ਨੇ ਤਿਆਰ ਕਰਾਉਣੀ ਆ, ਜਾਂ ਜਿਨ੍ਹਾਂ ਦੇ ਗਾਂਹ ਵਾ ਸ਼ੇਅਰ ਸ਼ੁਰ ਕਰ ਦਿਓ ਉਹਨਾਂ ਨੂੰ ਵੀਡੀਓ ਜਿਹੜੀਆਂ ਹੁਣ ਮੈਂ ਬਣਾਇਆ ਕਰਨੀਆਂ ਆ, ਪੂਰੀ ਡਿਟੇਲ ਦਊਂਗਾ ਉਹਦੇ ਵਿੱਚ ਸਾਰੀ। ਨਹੀਂ ਤਾਂ ਫਿਰ ਫਸੂਗਾ ਨਹੀਂ ਕੋਈ, ਬਾਹਰਲਾ ਭਰਾ ਜਾਂ ਇੱਧਰਲੇ ਕਈ ਫਸ ਜਾਂਦੇ ਨਾ, ਬਾਅਦ 'ਚ ਫਿਰ ਔਖਾ ਹੋ ਜਾਂਦਾ ਕੰਮ, ਫਿਰ ਲੜਾਈ ਝਗੜੇ ਵਾਲਾ। ਆਪਾਂ ਇਸ ਲਈ ਸਾਰੀ ਡਿਟੇਲ ਹੀ ਤੁਹਾਨੂੰ ਦੇ ਦੇਣੀ। ਆਜੋ ਆਜੋ ਆਜੋ, ਦੋਵੇਂ ਭਰਾ ਮਿਲਣ ਆਏ ਹੁਣ, ਬੈਠੋ ਯਾਰ। ਉਹ ਚਸਾਨ ਰੂਪ ਛੋਟਾ ਆ ਬਸ, ਕੀ ਆ ਚਲਾ ਵੀ। ਮੈਂ ਨਾ ਹੁਣ ਭਰਾ ਦੀ ਕਰੇਟਾ ਚਲਾਉਣ ਦਿਆ ਆ, ਇਹ ਨਾ ਆਪਣੀ ਜਿਹੜੀ ਦੂਜੀ ਆ ਕੀ ਆ ਸੋਨੈਟ, ਉਹਦੇ ਨਾਲ ਥੋੜ੍ਹੀ ਜੀ ਮੈਨੂੰ ਵਧੀਆ ਲੱਗੀ ਆ, ਭਾਰੀ ਭਾਰੀ ਜੀ, ਹੈਵੀ ਹੈਵੀ ਜੀ। ਆਪਣੇ ਭਰਾ ਜੀ ਬੈਠੇ ਆ, ਇਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਸੀਗੀਆਂ ਭਾਅ ਜੀ, ਥੈਂਕ ਯੂ ਤਾਂ ਕਰ ਦਿਓ ਸਾਰਿਆਂ ਦਾ। ਥੈਂਕ ਯੂ ਸੋ ਮਚ। ਅਤੇ ਇੱਕ ਨਾ ਇਹਦੇ ਵਿੱਚ ਭਾਅ ਜੀ ਕੀ ਫਾਲਟ ਆਇਆ ਵਾ ਯਾਰ? ਫਾਲਟ ਭਾਅ ਜੀ ਮੈਪ ਦਾ ਆ। ਲਾਇਓ ਮੈਪ ਮਾੜਾ ਜਿਹਾ। ਮੈਪ ਹੁਣ ਆਪਾਂ ਜਲੰਧਰ 'ਚ ਆ ਅਤੇ ਇੱਥੇ ਹੈਦਰਾਬਾਦ ਸ਼ੋਅ ਕਰਨ ਡਿਆ। ਹੈਦਰਾਬਾਦ ਸ਼ੋਅ ਕਰਦਾ ਆ, ਮਤਲਬ ਜਿੱਥੇ ਗੱਡੀ ਬਣੀ ਆ ਨਾ। ਹਾਂਜੀ ਹਾਂਜੀ, ਜਿੱਥੇ ਗੱਡੀ ਬਣੀ ਆ ਨਾ ਉੱਥੋਂ ਦੀ ਲੋਕੇਸ਼ਨ ਹੀ ਵਾਰ ਵਾਰ ਸ਼ੋਅ ਕਰੀ ਆ ਨਾ। ਜੇ ਕਿਸੇ ਨੂੰ ਪਤਾ ਤਾਂ ਮੇਰਾ ਵੀਰ ਕਮੈਂਟ ਕਰਿਓ, ਅਸੀਂ ਸਾਰੇ ਪੰਗੇ ਲੈ ਕੇ ਦੇਖ ਲਏ।
ਰੀਸੈਟ ਵੀ ਮਾਰ ਲਿਆ ਕੰਪਨੀ ਚ ਵੀ ਦਿਖਾ ਲਈ ਭਰਾ ਨੇ ਗੱਡੀ ਕੋਈ ਸੁਣਵਾਈ ਨੀ ਕੀਤੀ ਉਹਨਾਂ ਨੇ ਤੁਹਾਨੂੰ ਪਤਾ ਵੇਖਦੀ ਬਹੁਤ ਹੈ ਉਹਨਾਂ ਕੋਲ ਇੰਨਾ ਟਾਈਮ ਹੀ ਹੈ ਨੀ ਗਾ ਦੂਜੀ ਗੱਲ ਹੋਰ ਭਾਜੀ ਕੀ ਦੱਸਣ ਦੇ ਸੀ ਅੱਗੇ ਤੁਸੀਂ ਇਹਦਾ ਉਹਨਾਂ ਦੇ ਕਾਰੀਗਰ ਨੇ ਵੀ ਸਾਰਾ ਕੁਛ ਕਰਕੇ ਵੇਖ ਲਿਆ ਨਾ ਨਹੀਂ ਕਰਦੇ ਅਸੀਂ ਫਾਲਟ ਹੀ ਪਹਿਲੀ ਵਾਰ ਦੇਖਿਆ ਇਹ ਹਾਂ ਤੇ ਹੁਣ ਇਹੋ ਹੀ ਆ ਇਹਨੂੰ ਅਪਡੇਟ ਕਰਕੇ ਵੇਖਿਆ ਜਾਵੇ ਹਨਾ ਅਪਡੇਟ ਤੋਂ ਬਾਅਦ ਵੀ ਜੇ ਆਈ ਫੇਰ ਭਾਜੀ ਇਹ ਸਟੀਰੀਓ ਪੂਰਾ ਹੀ ਚੇਂਜ ਚਾਰਾ ਰੀਸੈਟ ਕਰ ਲਈ ਭਾਜੀ ਇਹਨਾਂ ਦੇ ਕੰਪਨੀ 'ਚ ਸ਼ੋਅ ਹੋ ਰਹੀ ਜਲੰਧਰ ਗੱਡੀ ਐਪ 'ਚ ਜਲੰਧਰ ਸ਼ੋਅ ਹੋ ਰਹੀ ਇਹਦੇ 'ਚ ਸਿਰਫ ਹੈਦਰਾਬਾਦ ਹੋ ਰਹੀ ਅਤੇ ਨਾ ਉੱਥੋਂ ਲੋਕੇਸ਼ਨ ਮੂਵ ਕਰਦੀ ਵੀ ਗੱਡੀ ਬਾਕੀ ਯਾਰ ਮੈਂ ਤਾਂ ਹੁਣ ਦੇਖਿਆ ਇਹ ਗੱਡੀ 'ਚ ਤਾਂ ਫੰਕਸ਼ਨ ਭਰੀ ਪਈ ਆ ਗੱਡੀ ਇਹ ਜਦੋਂ ਮੈਂ ਇਹਦੀ ਟਰਾਈ ਲੈਣ ਗਿਆ ਸੀਗਾ ਨਾ ਮੇਰਾ ਵੀ ਇਰਾਦਾ ਬਣਦਾ ਫਿਰਦਾ ਸੀ ਉਦੋਂ ਅਤੇ ਉਦੋਂ ਨਹੀਂ ਮੈਨੂੰ ਪਤਾ ਇੰਨੇ ਸ਼ਰਾਬੀ ਆਉਂਦਾ ਸੀ ਉਦੋਂ ਨਹੀਂ ਮੈਨੂੰ ਇੰਨਾ ਪਤਾ ਵੀ ਜਿੰਨੇ ਫੰਕਸ਼ਨ ਹੁਣ ਪਤਾ ਲੱਗਾ ਇਹਦੇ ਵਿੱਚ ਭਰੀ ਪਈ ਆ ਇਹ ਲੋਡ ਪੂਰੀ ਆ ਫੰਕਸ਼ਨਾਂ ਦੇ ਨਾਲ ਮੈਂ ਦਿਖਾਉਂਦਾ ਤੁਹਾਨੂੰ ਉੱਥੇ ਰੋਕ ਕੇ ਐਟਾਂ ਯਾਰ ਭਾਜੀ ਸ਼ਰਾਬੀ ਬਹੁਤ ਹੋ ਜਾਂਦੇ ਧਿਆਨ ਨਹੀਂ ਗੱਡੀ ਚਲਾਉਣੀ ਚਾਹੀਦੀ ਨਵੀਆਂ ਨਵੀਆਂ ਗੱਡੀਆਂ ਲਈਆਂ ਆਪਾਂ ਉੱਤੋਂ ਰੰਗ ਕਾਲੇ ਆਹੋ ਮੈਂ ਇੱਕ ਗੱਲ ਹੋਰ ਇਹ ਦਿਸਦੀਆਂ ਨਹੀਂ ਛੇਤੀ ਇਹ ਖੜੀਆਂ ਕਿਤੇ ਹਨਾ ਕਾਲੇ ਰੰਗ ਵਾਈਟ ਦਾ ਇਹ ਫਾਇਦਾ ਆ ਵਾਈਟ ਦੂਰੋਂ ਹੀ ਚਮਕ ਜੀ ਪੈ ਜਾਂਦੀ ਵਾਈਟ ਰੰਗ ਬਲੈਕ ਦੂਰੋਂ ਦਿਖਦਾ ਸਕ੍ਰੈਚ ਇਹਦਾ ਨਾ ਇੱਕ ਤਾਂ ਆਹ ਹੋ ਗਿਆ ਦੱਸ ਦਿਆਂ ਕਾ ਫਾਲਟ ਸੀਗਾ ਇੱਕ ਦੱਸਤਾ ਬਾਕੀ ਇਹਦੇ ਨਾ ਸਪੀਕਰ ਜਿਹੜੇ ਆ ਸਪੀਕਰ ਤਾਂ ਘੈਂਟ ਹੀ ਆ ਪੂਰੇ ਜਿੱਦਾਂ ਉਹਨਾਂ ਨੂੰ ਸਿਸਟਮ ਹੁੰਦਾ ਉੱਦਾਂ ਵੱਜਦੇ ਆ ਸਾਨੂੰ ਰੂਪ ਸਾਰਿਆਂ ਨੂੰ ਪਤਾ ਵੱਡਾ ਆ ਬਾਕੀ ਆਹ ਜਿਹੜਾ ਕੋਲ ਵਾਲਾ ਸਿਸਟਮ ਆ ਨਾ ਭਾਅ ਜੀ ਐਚ 5 ਕੋਲਾਂ ਅਤੇ ਐਚ ਐਮਰਜੈਂਸੀ ਟੋ ਵਾਲੇ ਆ ਜਾਂਦੇ ਨਾ ਹਾਂ ਇਹ ਹੋ ਗਿਆ ਇਹ ਵੀ ਮੈਨੂੰ ਚੇਤਾ ਨਹੀਂ ਸੀਗਾ ਹੈਗਾ ਸੀਗਾ ਇੱਦਾਂ ਚੇਤਾ ਨਹੀਂ ਸੀ ਬਾਕੀ ਪੋਰਟ ਪੂਰਟ ਦਿੱਤੇ ਹੋਏ ਆ ਵਾਇਰਲੈਸ ਆਹੋ ਚਾਰਜਰ ਵਾਇਰਲੈਸ ਚਾਰਜਰ ਦਿੱਤਾ ਹੋਇਆ ਇੱਕ ਆਟੋ ਹੋਲਡ ਗੱਡੀ ਆਪਾਂ ਨਾ ਡਰਾਈਵ 'ਤੇ ਲਾ ਕੇ ਅਤੇ ਇਹਨੂੰ ਨੱਪਦੀ ਮੈਂ ਲਾ ਕੇ ਵੀ ਦਿਖਾਈ ਦਿੰਦਾ ਆਹ ਡਰਾਈਵ 'ਤੇ ਆ ਇਹਨੂੰ ਨੱਪਤਾ ਹੋਲਡ ਨਹੀਂ ਲੱਗਾ ਲੱਗਾ ਨਹੀਂ ਅੱਛਾ ਲੱਗਾ ਸੀਗਾ ਪਹਿਲਾਂ ਹੋਲਡ ਲੱਗਾ ਹੋਇਆ ਹੁਣ ਲੱਗਿਆ ਉਹ ਆਟੋ ਹੋਲਡ ਆ ਗਿਆ ਉਹ ਉੱਥੇ ਹੁਣ ਮੈਂ ਰੇਸ ਤੋਂ ਪੈਰ ਚੱਕ ਲੈਣਾ ਆ ਬ੍ਰੇਕ ਤੋਂ ਵੀ ਬ੍ਰੇਕ ਤੋਂ ਅਤੇ ਗੱਡੀ ਉੱਥੇ ਖੜੀ ਆ ਦੇਖ ਲਓ ਉੱਧਰ ਡਰਾਈਵ 'ਤੇ ਲੱਗੀ ਹੋਈ ਹੁਣ ਮਾੜੀ ਜਿਹੀ ਰੇਸ ਦਊਂਗਾ ਨੇ ਤੁਰ ਪੈਣਾ ਆ ਇਹ ਸਿਸਟਮ ਵੀ ਵਧੀਆ ਆ ਵਾ ਬੋਰਡ ਬਦਲੇ ਜਾਣੇ ਦੇ ਨਾਰਮਲ ਬੋਰਡ ਆ ਟਰਬੋ ਡਾਕਟਰ ਸਾਹਿਬ ਆ ਉਹਨਾਂ ਜਾਣਾ ਉਹਨਾਂ ਨੇ ਅੰਦਰ ਵੱਡਾ ਰੱਖਿਆ ਜੋ ਅੰਦਰ ਬੜੀ ਆ ਨਾ ਅੰਦਰ ਬੜੀ ਫਰੈਸ਼ ਹਵਾ ਆਊਗੀ ਉਹੀ ਸਿਸਟਮ ਆ ਇਹਦੇ ਵਿੱਚ ਛੋਟਾ ਲੱਗਾ ਆ ਨਾ ਗੱਡੀ ਦੇ ਮੁਤਾਬਕ ਤਾਂ ਠੀਕ ਆ ਇਹ ਵਧੀਆ ਭਾਜੀ ਕਸ਼ੋਸ਼ ਹੀ ਆ ਬਸ ਬਾਕੀ ਮੈਂ ਇੱਕ ਗੱਲ ਨੋਟ ਕੀਤੀ ਹੈ ਇਹਦੇ ਆਹ ਬਾਕੀ ਸਾਨੂੰ ਰੂਪ ਸਾਰਿਆਂ ਦਾ ਫੇਵਰੇਟ ਹੁੰਦਾ ਆ ਉਹ ਕਿੱਡਾ ਵੱਡਾ ਇਹਦੇ ਵਿੱਚ ਤੇ ਦਿਨੇ ਕਿਸੇ ਦਿਨ ਨਾ ਆਪਾਂ ਭਰਾ ਦੇ ਨਾਲ ਰੇਸ ਲਾਉਣੀ ਉਹ ਚ ਵੀ ਭਾਜੀ ਇਹੀ ਇੰਜਣ ਇਹ ਚ ਵੀ ਇਹੋ ਇੰਜਣ ਬੋਡੀ ਦਾ ਫਰਕ ਆ ਬਸ ਹਾਂ ਸਾਰੇ ਦੱਸਿਓ ਡਰੈਗ ਰੇਸ ਲਾਵਾਂਗੇ ਇੱਕ ਤੇ ਇੱਕ ਮੈਂ ਆਪਣੀ ਗੱਡੀ ਦਾ ਰਿਵਿਊ ਦਊਂਗਾ ਅਤੇ ਇੱਕ ਇਹਨਾਂ ਦਾ ਰਿਵਿਊ ਵੀ ਲਵਾਂਗੇ ਕਿੱਦਾਂ ਰਿਹਾ ਹਜੇ ਥੋੜ੍ਹੀ ਜਿਹੀ ਚਲਾ ਲੈਣ ਇਹ 500 ਕਿਲੋਮੀਟਰ ਚਲਾਈ ਆ ਮੈਂ ਚਲਾ ਦਿੱਤੀ 750 ਐਵਰੇਜ ਘੱਟ ਆ ਭਾਜੀ ਇਹਦੀ ਹੁਣ ਐਵਰੇਜ ਦੇਖਦੇ ਆ ਹੁਣ ਸਾਹਮਣੇ ਆਪਾਂ ਜਿਹੜੀ ਐਵਰੇਜ 12.5 ਦੀ ਐਵਰੇਜ ਦੇ ਦਿੰਦੀ ਆ ਗੱਡੀ ਅਤੇ ਹੁਣ ਭਰਾ ਨੇ ਵੀ ਜਾਣਾ ਆ ਰਾਤ ਦੇ ਵੱਜ ਗਏ 10:10 20 ਮਿੰਟ ਹੋ ਗਏ ਹਾਂ ਇਸ ਗੱਡੀ ਦੀ ਲੁੱਕ ਹੀ ਤਾਂ ਇੰਨੀ ਸੋਹਣੀ ਆ ਤਾਂ ਹੀ ਤਾਂ ਇੰਨੀ ਜ਼ਿਆਦਾ ਵਿਕੀ ਆ ਇਹ ਲੁੱਕ ਬਹੁਤ ਸੋਹਣੀ ਯਾਰ ਲੁੱਕ ਜਿਹੜੀ ਹੈ ਉਹਦੇ ਲੁੱਕ ਨੇ ਤਾਂ ਲੋਕਾਂ ਨੇ ਦਿਲ ਜਿੱਤੇ ਆ ਬਹੁਤ ਸੋਹਣੀ ਲੱਗਦੀ ਯਾਰ ਕਰੇਟਾ ਬਾਹਰੋਂ ਬਲੈਕ ਖਾਸ ਕਰਕੇ ਹੁਣ ਮੈਂ ਭਰਾ ਨੂੰ ਨਾ ਰੇਂਜ ਰੋਵਰ ਵਿਖਾਉਣ ਲੱਗਾ ਹਾਂ ਅਜੇ ਕਈਆਂ ਨੇ ਭਰਾਵਾਂ ਨੇ ਵੇਖੀ ਨਹੀਂ ਗਈ ਦੇਖਿਆ ਕਿੰਨੀ ਸੋਹਣੀ ਲੱਗਦੀ ਹੈ ਯਾਰ ਇੱਕ ਚਾਬੀ ਤੋਂ ਸਟਾਰਟ ਹੋ ਜਾਂਦੀ ਚਾਬੀ ਤੋਂ ਸਟਾਰਟ ਹੋ ਜਾਂਦੀ ਨਾ ਆਹ ਦੇਖੀ ਥੋੜ੍ਹਾ ਆਪਾਂ ਲੋਕ ਕਰਤੀ ਆਹ ਬਟਨ ਦਿੱਤਾ ਇਹਦੇ 'ਚ ਕਈ ਵਾਰੀ ਹੁੰਦਾ ਹੁੰਦਾ ਬੜਾ ਤਕੜਾ ਫੰਕਸ਼ਨ ਆ ਯਾਰ ਐਪ ਤੋਂ ਵੀ ਹੋ ਜਾਂਦੀ ਹੁਣ ਐਪ ਚ ਆ ਗਿਆ ਕਨੈਕਟਡ ਆ ਰਹੀ
ਜਿੱਦਾਂ ਇਹ 'ਚ ਹੁਣ ਸਰਦੀਆਂ 'ਚ ਬਹੁਤ ਫਾਇਦਾ ਆ, ਹੁਣ ਇਹ 'ਚ ਟੈਂਪਰੇਚਰ ਸੈੱਟ ਕਰ ਲਓ, ਗੱਡੀ ਸਟਾਰਟ ਕਰਕੇ ਛੱਡ ਦਿਓ, ਗਰਮ ਹੋ ਜੂ ਗੱਡੀ। ਅੱਛਾ, ਅਤੇ ਇਹ 'ਚ ਤੁਹਾਨੂੰ ਇਹ ਵੀ 24 ਘੰਟੇ ਪਤਾ ਲੱਗਦੇ ਰਹਿਣਾ ਗੱਡੀ ਖੜ੍ਹੀ ਕਿੱਥੇ ਆ, ਕਿਹੜਾ ਬੂਹਾ ਖੁੱਲ੍ਹਾ, ਗੱਡੀ ਨਹੀਂ ਲੋਕ ਹੁੰਦੀ ਆ ਸਾਰੀ ਨੋਟੀਫਿਕੇਸ਼ਨ ਆ ਜਾਂਦੀ ਹੈ, ਹੁਣ ਆਹ ਲਿਖਿਆ ਆ ਗਿਆ ਡੋਰ ਵਾਜ ਨੋਟ ਲੋਕਡ ਨੋਟ ਲੋਕ। ਅੱਛਾ, 2 ਮਿੰਟ ਬਾਅਦ ਬੰਦ ਹੋ ਜਾਣਾ, ਉਹ ਵੀ ਬੰਦ। ਲਾਈਟਾਂ ਵੀ ਆਪਣੇ ਆਪ ਆਟੋ ਹੀ ਆਫ? ਹਾਂਜੀ ਹਾਂਜੀ। ਕੰਮ ਹੀ ਬੜਾ ਵਧੀਆ ਯਾਰ। ਆਹ ਖੜਾ ਵਾ ਜੀ ਜਹਾਜ਼ ਆਪਣਾ, ਚਾਬੀ ਤਾਂ ਹੁਣ ਇਹਦੀ ਅੰਦਰ ਪਈ ਆ। ਇਹ ਉਹ ਰੋਜ਼ ਧੋਈ ਤੀ, ਜਦੋਂ ਬਾਹਰ ਗੱਡੀ ਦੀ ਫੇਰ ਕੰਮ ਹੋ ਜਾਂਦਾ ਇਹਦਾ। ਇਹ ਸਾਫ਼ ਸੂਫ਼ ਕਰਾਉਣ ਵਾਲੇ ਆ ਲੋਏ ਵੀ, ਅਲੋਏ ਵੀ ਬਲੈਕ ਕਰਾ ਦਿਓ ਭਾਜੀ, ਅਲੋਏ ਨਾਲ ਵੀ ਬਲੈਕ ਕਰਾਓ ਸਾਰੇ, ਦੇਖੀਓ ਫੇਰ। ਇੱਕ ਨਾ ਇਹਦਾ ਥੋੜ੍ਹਾ ਜਿਹਾ ਨਾ ਇਹਨੂੰ ਸਾਫ਼ ਸੂਫ਼ ਕਰਾਉਣ ਵਾਲੀ ਆ ਭਾਜੀ ਯਾਰ, ਗੱਡੀ ਦੀ ਬਸ ਨਾ ਉਹ ਕਰਾ ਲਓ ਡਿਟੇਲ ਕਰਾਉਣ ਵਾਲੀ, ਡਿਟੇਲ ਕਰਾ ਕੇ ਅਲੋਏ ਬਲੈਕ ਕਰਾ ਕੇ ਅਤੇ ਸ਼ੀਸ਼ੇ ਥੋੜ੍ਹੇ ਥੋੜ੍ਹੇ ਫਿਲਮ ਕਰਾ ਦਿਓ। ਓਕੇ ਫਿਰ ਭਾਜੀ, ਬਾਏ ਬਾਏ। ਹੈ ਓਕੇ, 2 ਦਿਨ ਹੋ ਗਏ ਮੈਂ ਕੀਆ ਚਲਾਈ ਜਾਣ ਦਿਆ ਹਾਂ ਅਤੇ ਆਪਣੀ ਰੇਂਜ ਰੋਵਰ ਖੜ੍ਹੀ ਉੱਧਰ, ਉਹਦੀ ਚਾਬੀ ਨਹੀਂ ਲੱਭਣ ਦੀ, ਕੱਲ੍ਹ ਵੀ ਨਹੀਂ ਚਲਾਈ ਮੈਂ, ਪਰਸੋਂ ਵੀ ਨਹੀਂ ਚਲਾਈ, ਹੁਣ ਲੱਗਾ ਸੀਗਾ ਕੱਢਣ, ਚਾਬੀ ਨਹੀਂ ਲੱਭਣ ਦੀ, ਚਾਬੀ ਵੀ ਇੱਕੋ ਹੀ ਆ, ਇੱਕ ਚਾਬੀ ਉਹਨਾਂ ਕੋਲ ਲੈਣੀ ਆ ਹਜੇ, ਕਿਉਂਕਿ ਅਜੇ ਨਾ ਸਰਕਾਰੀ ਨੰਬਰ ਪਲੇਟਾਂ ਲੱਗਣੀਆਂ ਆ ਇਹਨੂੰ, ਅਤੇ ਉਹ ਕਹਿੰਦੇ ਸੀ ਚਾਬੀ ਵੀ ਨਾਲ ਹੀ ਦੇ ਦਾਂਗੇ, ਪਰ ਚਾਬੀ ਮੈਨੂੰ ਲੱਭਣ ਨਹੀਂ ਦਈ। ਗੱਡੀ ਉੱਦਣ ਦੀ ਮੈਂ ਖੁੱਲ੍ਹੀ ਛੱਡ ਗਿਆ ਸੀ, ਉੱਤੋਂ ਸਨਰੂਫ ਵੀ ਖੁੱਲ੍ਹਾ ਆ, ਪਰ ਚਾਬੀ ਨਹੀਂ ਲੱਭੀ, ਚਾਬੀ ਨਹੀਂ ਲੱਭੀ, ਚਾਬੀ ਦਾ ਚੱਕਰ ਪੈ ਗਿਆ। ਬਿਨਾਂ ਚਾਬੀ ਤੋਂ ਗੱਡੀਆਂ ਸਟਾਰਟ ਹੋਣ ਲੱਗ ਪਈਆਂ, ਲੋਕੀ ਉਹ ਕੀਆ ਹੋ ਜਾਂਦੀ ਬਿਨਾਂ ਚਾਬੀ ਤੋਂ ਸਟਾਰਟ, ਇਹ ਕਿੱਦਾਂ ਹੋ ਜੂਗੀ ਫਿਰ ਦੱਸ, ਮੀਡੀਆ ਦਾ ਵੀ ਵਿਹਾਰ ਨੀ। ਇੱਧਰ ਤਾਂ ਨਹੀਂ ਡਿੱਗੀ ਚਾਬੀ, ਗੱਡੀ ਦੇ ਵਿੱਚ ਪਾ ਕੇ ਤੇ ਸੀਟ ਅੱਗੇ ਨੂੰ ਕਰਨੀ ਸੀ, ਆਹ ਇਹਦੇ ਵਿੱਚ ਥੱਲੇ ਬਹੁਤ ਡਿੱਗਦੀਆਂ ਚੀਜ਼ਾਂ, ਕਮਾਲ ਹੀ ਹੋ ਗਈ ਹੈ। ਆਹ ਤਾਂ ਨਹੀਂ ਪਈ, ਇੱਕ ਮਿੰਟ ਅਜੂਬਾ ਹੀ ਹੋ ਗਿਆ, ਹੈ ਕਿੱਥੇ ਗਈ ਜਾਂਦੀ, ਮੈਂ ਕਿਹਾ ਤੁਸੀਂ ਇਹੀ ਪਜਾਮਾ ਪਾਏ, ਦੁਬਾਰਾ ਪਾਕਟ ਵਗੈਰਾ ਚੈੱਕ ਕਰੋ, ਨਹੀਂ ਹੈਗੀ ਪਜਾਮੇ ਅੱਜ ਮੇਰੇ ਅੱਜ, ਹੈਗੀ ਕਿੱਥੇ ਹੈਗੀ, ਪਿੱਛੇ ਨੂੰ ਕਰਕੇ ਨਾ ਵਿੱਚ ਚਾਨਣ ਜਿਹਾ ਹੋ ਗਿਆ, ਚਾਬੀ ਗੱਡੀ ਦੇ ਭੇਜੀ ਆ, ਗੱਡੀ ਸਟਾਰਟ ਹੋ ਹੀ ਨਹੀਂ ਸਕਦੀ ਚਾਬੀ ਤੋਂ ਬਗੈਰ। ਗੱਡੀਆਂ ਸਟਾਰਟ ਹੋਣ ਲੱਗ ਪਈਆਂ ਚਾਬੀਆਂ ਤੋਂ ਬਗੈਰ, ਫਿਰ ਚੋਰਾਂ ਨੂੰ ਲੱਗ ਜਾਣੀਆਂ ਮੌਜਾਂ, ਗਰੀਬੋ ਗਰੀਬ ਗੱਲ ਹੀ ਆ, ਜੇ ਚਾਬੀ ਇਹ ਤੋਂ ਦੂਰ ਹੁੰਦੀ ਹੈ ਤਾਂ ਆਈ ਜਾਣਾ ਸੀ, ਚਾਬੀ ਹੈ ਨਹੀਂ ਵਿੱਚ, ਅਤੇ ਚਾਬੀ ਕੀ ਆਉਂਦਾ ਹੁੰਦਾ ਜੋ ਵੀ, ਚਾਬੀ ਵਿੱਚ ਵਾ ਤਾਂ ਸਟਾਰਟ ਹੋਈ ਹੈ, ਗੱਡੀ ਦੀ ਚਾਬੀ ਲੱਭ ਗਈ। ਜਨਾਬ ਜੀ ਨੇ ਨਾ 2 ਵਾਰੀ ਡਿੱਗੀ ਖੋਲ੍ਹੀ, ਇੱਥੇ ਪਈ ਜਦੋਂ ਮੈਂ ਖੋਲ੍ਹੀ, ਇੱਥੇ ਪਈ, ਪਤਾ ਕੀ ਹੋਇਆ ਉਸ ਦਿਨ ਮੈਂ ਆਇਆ ਰਾਤ ਨੂੰ, ਉਹਦਾ ਮੈਂ ਕਿਹਾ ਜੈੱਕ ਪਤਾ ਨਹੀਂ ਇਹਨਾਂ ਨੇ ਕਾਹਤੋਂ ਬਾਹਰ ਕੱਢ ਕੇ ਰੱਖਿਆ ਹੋਇਆ, ਜੈੱਕ ਮੈਂ ਨਾ ਇਹਦੇ ਵਿੱਚ ਰੱਖ ਦੇਵਾਂ, ਇੱਥੇ ਮੈਂ ਸੈੱਟ ਸੁੱਟ ਕੱਢਦਾ ਰਿਹਾ, ਜੈੱਕ ਆਇਆ ਨਹੀਂ ਕਿਤੇ ਵੀ, ਅਤੇ ਚਾਬੀ ਮੈਂ ਇੱਥੇ ਰੱਖ ਕੇ ਫਿਰ ਮੈਂ ਜੈੱਕ ਉੱਥੇ ਰੱਖ ਦਿੱਤਾ, ਅਤੇ ਫਿਰ ਮੈਂ ਡਿੱਗੀ ਸੈੱਟ ਦਿੱਤੀ, ਹਨੇਰਾ ਸੀ ਨਾ, ਉਹ ਸਾਰੀ ਡਰਾਈ ਕਲੀਨ ਕਰਾਉਣ ਵਾਲੀ ਆ, ਅੱਜ ਚਾਬੀ ਲੱਭ ਗਈ, ਸ਼ੁਕਰ ਆ, ਨਹੀਂ ਤਾਂ ਮੈਂ ਵੀ ਕਿਹਾ ਚਾਬੀ ਸਟਾਰਟ ਕਿੱਦਾਂ ਹੋਈ ਜਾਂਦੀ, ਬਿਨਾਂ ਚਾਬੀ ਤੋਂ ਸਟਾਰਟ ਹੀ ਨਹੀਂ ਹੋ ਸਕਦੀ, ਉਹ ਫਿਰ ਮੈਂ ਉਦੋਂ ਹਨੇਰਾ ਸੀ ਨਾ, ਉਹ ਮੈਂ ਹੁਣੇ ਮੈਂ ਹੁਣੇ ਖੋਲ੍ਹੀ ਡਿੱਗੀ, ਉਹਨੂੰ ਤਾਂ ਵੀ ਨਹੀਂ ਦਿੱਸੀ, ਨਹੀਂ ਪਈ ਇੱਥੇ ਸੀਗੀ, ਕਿੱਥੇ ਪਈ, ਇੱਧਰ ਹੋ ਪਿੱਛੇ ਹੋ, ਸਾਫ਼ ਕਰਨੀ ਪੈਂਦੀ ਹੈ ਗੱਡੀ,
ਆ ਹੁਣ ਇਹਦੀ ਡਰਾਈ ਕਲੀਨ ਤੇ ਕੋਟਿੰਗ ਅੱਜ ਮੈਂ ਚੱਲਿਆ ਪਤਾ ਕਰਨ ਮੂੰਹ ਵਾਲੇ ਵੀ ਲਿਖਾਓ ਉਹ ਸਾਰਿਆਂ ਤੋਂ ਬਾਅਦ ਦਾ ਕੰਮ ਹੈ ਐਂਡ ਤੇ ਵੀ ਲਿਖਾਓ ਕੋਈ ਨਹੀਂ ਲਿਖਾ ਲਾਂਗੇ ਮੇਰੇ ਤੇ ਲਿਖਾਓ ਮੂੰਹ ਵਾਲਿਆਂ ਦੀ ਫੈਮਿਲੀ ਆਹੋ ਤੇ ਮੂੰਹ ਵਾਲਿਆਂ ਦੀ ਫੈਮਿਲੀ ਲਿਖਾ ਦਿੰਦੇ ਹਨ ਇੱਥੇ ਮੂੰਹ ਵਾਲੇ ਲਿਖਾ ਦਿੰਦੇ ਸੌਰੀ ਚਮਕਾ ਕੇ ਲਿਆ ਕੇ ਆਉਣੀ ਹੁਣ ਮੈਂ ਚੱਲਿਆ ਮੈਂ ਅੱਜ ਇਹ ਕੰਮ ਹੀ ਕਰਨਾ ਆ ਜਾਂ ਤੇ ਮੰਡੀ ਚਲੀਏ ਮੰਡੀ ਇੱਥੇ ਚਲੀਏ ਮੈਨੂੰ ਦੇ ਲਓ ਉੱਧਰ ਦਾ ਹੀ ਬਿਠਾਇਆ ਪਾਣੀ ਪੂਣੀ ਹੈ ਨੀ ਆ ਪਰ ਨਾ ਹੀ ਚਲਾਈਏ ਵਾਈਪਰ ਚੇਂਜ ਕਰਾਉਣ ਵਾਲੇ ਆ ਔਰ ਸਕਰੈਚ ਸਕਰੂਜ ਨਾ ਪੈ ਜਾਵੇ ਉਹ ਸੱਚ ਨਾ ਮੈਨੂੰ ਕਮੈਂਟ ਆਏ ਸੀਗੇ ਛੱਡਿਓ ਜੀ ਇੱਥੇ ਹੋ ਜਾਂਦਾ ਇੱਕ ਨੰਬਰ ਤੇ ਕਰਨਾ ਕਿ ਤਿੰਨ ਤੇ ਕਰਨਾ ਹੋਲਡ ਕਰਕੇ ਰੱਖਣਾ ਆ ਉਸ ਤੋਂ ਬਾਅਦ ਜਿੱਥੇ ਸੀਟ ਕਰਨੀ ਆ ਨਾ ਉੱਥੇ ਕਰ ਲੈਣੀ ਆ ਜਦੋਂ ਸੀਟ ਸੈੱਟ ਕਰ ਲਈ ਫਿਰ ਜਿਹੜੇ ਬਟਨ ਤੇ ਆਪਾਂ ਸੈੱਟ ਕਰਨਾ ਉਹਨੂੰ ਨੱਪ ਦੇਣਾ ਫਿਰ ਜਦੋਂ ਤੁਸੀਂ ਬਹਿਣਾ ਉਹ ਬਟਨ ਨੱਪਣਾ ਤੇ ਤੁਹਾਡੇ ਹਿਸਾਬ ਨਾਲ ਸੀਟ ਹੋ ਜਾਣੀ ਐਨ ਚੰਗੀ ਤਰ੍ਹਾਂ ਤਿੰਨ ਹੋਲਡ ਕਰਕੇ ਰੱਖਣਾ ਅੱਛਾ ਹੁਣ ਮੈਨੂੰ ਪਤਾ ਤਾਂ ਹੈਗਾ ਸੀਗਾ ਵੀ ਇਹ ਨਾ ਆਪਾਂ ਸੀਟ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਬਾਅਦ 'ਚ ਸੇਵ ਹੋ ਜਾਂਦੀ ਆ ਪਰ ਹੁਣ ਨਹੀਂ ਦਈ ਇਹ ਨਹੀਂ ਪਤਾ ਕਿੱਦਾਂ ਹੋਣੀ ਆ ਐਮ ਨੱਪਦਾ ਮੈਂ ਫਿਰ ਇੱਕ ਵਾਰੀ ਦੁਬਾਰਾ ਆਹ ਲੋਕ ਅਨਲੋਕ ਵਾਲਾ ਆ ਐਮ ਨੱਪਿਆ ਲਾਈਟ ਬੁੱਝ ਜਾਂਦੀ ਥੋੜ੍ਹੇ ਟਾਈਮ ਬਾਅਦ ਜੀ ਬਲਕਿ ਬੁੱਝ ਗਈ ਚਲੋ ਨੱਪੋ ਹੁਣ ਦਿਮਾਗ ਹੀ ਲੜਾ ਲਈਦਾ ਹੁੰਦਾ ਮਾੜਾ ਜਿਹਾ ਜੇ ਦਿੱਤਾ ਰੱਬ ਨੇ ਤਾਂ ਨੰਬਰ 'ਤੇ ਕੀਤੀ ਨਾ ਆ ਠੀਕ ਆ ਹੁਣ ਹੁਣ ਮੈਂ ਕਰ ਲੈਂਦਾ ਇੱਕ ਨੰਬਰ 'ਤੇ ਵੈਸੇ ਦੋ ਨੰਬਰ 'ਤੇ ਕਰਨੀ ਚਾਹੀਦੀ ਜੇ ਕੋਈ ਹੋਰ ਕੋਈ ਬੰਦਾ ਕਹੇ ਉਹਨੂੰ ਤਿੰਨ ਨੰਬਰ 'ਤੇ ਕਰ ਦਿਓ ਸੈੱਟ ਹਾਂ ਦੋ ਨੰਬਰ 'ਤੇ ਕਰ ਲਾ ਚਲ ਆ ਠੀਕ ਆ ਆ ਜਾਓ ਬਾਰਾਂ ਨੰਬਰ ਤਾਂ ਮੈਂ ਤਾਂ ਜਾਂਦੇ ਹੋਏ ਕਰ ਹੀ ਲਊਂਗਾ ਠੀਕ ਆ ਚਲੋ ਕੱਟੋ ਮੋੜ ਫਿਰ ਚੱਲੀਏ ਨਾ ਜਦੋਂ ਜਾਣਾ ਹੋਵੇ ਨਾ ਮੇਰਾ ਇੱਦਾਂ ਹੀ ਟਾਈਮ ਬਹੁਤ ਖਰਾਬ ਹੁੰਦਾ ਛੇਤੀ ਉੱਠੇ ਬੰਦਾ ਉਹ ਸਿਸਟਮ ਕਰਨਾ ਮੈਂ ਹੁਣ ਜਗਾੜ ਲਾਉਂਗਾ ਚਲੋ ਜਨਾਬ ਜੀ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਈ ਜਣੇ ਕਮੈਂਟ ਕਰਦੇ ਆ ਇਹਦੀ ਆਵਾਜ਼ ਬੜੀ ਆ ਇਹਦੀ ਆਵਾਜ਼ ਹੀ ਹੈ ਨਹੀਂ ਸਾਰੇ ਜਿਹੜੇ ਲਾਈਵ ਦੇਖਦੇ ਉਹ ਕਹਿੰਦੇ ਭਾਅ ਜੀ ਗੱਡੀ ਦੀ ਆਵਾਜ਼ ਹੀ ਹੈ ਨਹੀਂ ਵੀਡੀਓ ਦੇ ਵਿੱਚ ਜ਼ਿਆਦਾ ਲੱਗਦੀ ਹੋਊਗੀ ਕਿਉਂਕਿ ਕੈਮਰੇ ਨੇ ਰਿਕਾਰਡ ਕਰਨੀ ਆ ਹੈ ਨਾ ਉਹਨੇ ਆਪਣੇ ਹਿਸਾਬ ਨਾਲ ਆਵਾਜ਼ ਰਿਕਾਰਡ ਕਰਨੀ ਇੱਦਾਂ ਬੰਦਾ ਦੇਖਿਆ ਕਿ ਆਵਾਜ਼ ਬਹੁਤ ਘੱਟ ਆ ਇਹਦੀ ਐਡਾ ਵੱਡਾ ਇੰਜਣ ਆ ਇਹਦੀ ਤਾਂ ਆਵਾਜ਼ ਹੀ ਨਹੀਂ ਹੈਗੀ ਅਸੀਂ ਕਰਵਾਉਂਦੇ ਹਾਂ ਇਹਨੂੰ ਪੋਲਿਸ਼ਾਂ ਪੂਲਿਸ਼ਾਂ ਨਹੀਂ ਜੋ ਇਹਦਾ ਵੀ ਕਰਵਾਉਣ ਵਾਲਾ ਆ ਚਮਕਦੀ ਕਰ ਦੇਣੀ ਇੱਕ ਵਾਰੀ ਕਹਿਣ ਤਾਂ ਨਵੀਂ ਕਢਾ ਕੇ ਲਿਆਉਂਦੀ ਹੁੰਦੀ ਆ ਕਿ ਰੇਂਜ ਰੋਵਰ ਲੈਂਦੇ ਆ ਦਿਖਾਉਣ ਲਈ ਗੇੜੀਆਂ ਮਾਰਨ ਲਈ ਹੈ ਨਾ ਮੈਂ ਅੱਜ ਜੀਪਾਂ ਨਾਲ ਸਮਾਨ ਢੋਂਦੇ ਹਾਂ ਹੁਣ ਮੈਂ ਅੱਜ ਸਬਜ਼ੀਆਂ ਲੈਣ ਚੱਲਾਂ ਮੈਂ ਪ੍ਰਧਾਨ ਸਾਹਿਬ ਕਿੰਨੀਆਂ ਗੱਡੀਆਂ ਦੇਖ ਲਓ ਚਲਾ ਲਈਆਂ ਹੈ ਰੇਂਜ ਰੋਵਰ ਕੀਆ ਆਪਣੀ ਕਰੇਟਾ ਮਿੰਨੀ ਕੂਪਰ ਕਰੇਟਾ ਨਹੀਂ ਮੈਂ ਚਲਾਈ ਕਰੇਟਾ ਮੈਨੂਅਲ ਸੀ ਹਾਂ ਕਰੇਟਾ ਨਹੀਂ ਸੀ ਚਲਾਈ ਹੈ ਨਾ ਤੇ ਥਾਰ ਹੋ ਗਈ ਹੈ ਨਾ ਇੱਕ ਮੈਂ ਕਹਿ ਗਿਆ ਰੈਂਗਲਰ ਹਾਂ ਉਹ ਵੀ ਚਲਾਈ ਗੱਡੀਆਂ ਤਗੜੀਆਂ ਤਗੜੀਆਂ ਗੱਡੀਆਂ ਪ੍ਰਧਾਨ ਸਾਹਿਬ ਨੇ ਚਲਾ ਲਈਆਂ ਹੈ ਐਂਡ ਹੁਣ ਐਂਡ 'ਚ ਰਹਿ ਗਈ ਸੀ ਰੇਂਜ ਰੋਵਰ ਉਹ ਵੀ ਚੱਕ ਤੇ ਖੱਟੇ ਹੈ ਜਿੱਥੋਂ ਦੀ ਇਹ ਗੱਡੀ ਜਾਂਦੀ ਹੌਲੀ ਉੱਥੋਂ ਦੀ ਆਪਣੇ ਆਪ ਰਾਹ ਬਣਦਾ ਜਾਂਦਾ ਲੋਕ ਕਹਿੰਦੇ ਆ ਬਾਕੀ ਅਸੀਂ ਤਾਂ ਸਬਜ਼ੀਆਂ ਢੋਣ ਚੱਲੇ ਇਹਦੇ ਉੱਤੇ ਰੇਂਜ ਰੋਵਰ 'ਤੇ ਸਬਜ਼ੀ ਲੈਣ ਚਾਹੀਦਾ ਮਾੜੀ ਮੋਟੀ ਗੱਲ ਆ ਵੀ ਦੱਸ ਦਿਓ ਮੈਨੂੰ ਕਮੈਂਟ ਕਰ ਕੋਈ ਜਾਣਦਾ ਮੇਰੇ ਹਿਸਾਬ ਨਾਲ ਜਿੰਨਾ ਕੋਲ ਰੇਂਜ ਰੋਵਰ ਕੋਈ ਵੀ ਨਹੀਂ ਮੰਡੀ ਲੈ ਕੇ ਗਿਆ ਹੁਣ ਹੈ ਨਾ ਕੋਈ ਅਸੀਂ ਮੰਡੀ ਦੀ ਮੰਡੀ ਲੈ ਚੱਲੇ ਸਬਜ਼ੀਆਂ ਢੋਵਾਂਗੇ ਇਹਦੇ ਵਿੱਚ ਕਿਉਂਕਿ ਜਿਨ੍ਹਾਂ ਦੇ ਕੋਲ ਹੈਗੀਆਂ ਉਹਨਾਂ ਦੇ ਡਰਾਈਵਰ ਹੁੰਦੇ ਆ ਉਹ ਛੋਟੀ ਗੱਡੀ 'ਤੇ ਲੈਣ ਜਾਂਦੇ ਆ ਸਬਜ਼ੀਆਂ ਸਬਜ਼ੀਆਂ ਇਹ ਆਪਾਂ ਹੁਣ ਮਿੰਨੀ ਕੂਪਰ ਸੀ ਉਹ ਵੀ ਆਪਾਂ ਸਬਜ਼ੀਆਂ ਢੋਈਆਂ ਉਹਦੇ ਵਿੱਚ ਵੀ ਹੈ ਨਾ ਚੱਲ ਚੁਗਲੀਆਂ ਚਗਲੀਆਂ ਤੋਂ ਤਾਂ ਬਚੀ ਆ ਹੈ ਨਾ ਨਹੀਂ ਤਾਂ ਬੀਬੀਆਂ ਤੇ ਚੁਗਲੀਆਂ ਦੀਆਂ ਪੰਡ ਬੰਨ੍ਹ ਕੇ ਸਿਰ 'ਤੇ ਤੁਰਦੀਆਂ ਇੱਧਰਲੇ ਬੰਨਿਓ ਬਚਾ ਰੱਖਿਆ ਆਪਾਂ ਸਬਜ਼ੀ ਪਰਲੇ ਬੰਨ੍ਹੇ ਲੈ ਕੇ ਚੱਲੀਏ ਹੈ ਨਾ ਆ ਵੀ ਪਹੁੰਚ ਗਏ ਸੁੱਖ ਨਾਲ ਸਬਜ਼ੀ ਮੰਡੀ ਬਸ ਉਹ ਉੱਥੇ ਲਾ ਲੈਣੀ ਆਪਾਂ ਰਾਈਟ ਹੈਂਡ ਇਹਨੂੰ ਹੁਣ ਤੋਰਨ ਲੱਗੀ ਇਹਨੂੰ ਲਾ ਵੀ ਲਈਏ ਨਾ ਹੋਵੇ ਤਾਂ ਗੇਅਰ ਪਾ ਕੇ ਇਹਦੀਆਂ ਚੀਕਾਂ ਹੀ ਕਢਾ ਦੇਵੇ ਹੈਂ ਹੁਣ ਕੀ ਕਰਨਾ ਇਹਨੂੰ ਬੰਦ ਕਿੱਦਾਂ ਕਰੀਦੀ
ਹੁਣ ਜਦੋਂ ਸਟਾਰਟ ਤੇ ਵਾਲੇ ਤੇ ਬਟਨ ਰੱਖੇ ਨੇ ਉਸੇ ਵੇਲੇ ਸਹੀ ਹੋ ਜਾਣਾ ਹੱਥ ਤਾਂ ਨੂੰ ਖੜੇ ਕਰਾ ਦੇਣ ਉਹਨਾਂ ਦੇ ਭਾਈ ਤੁਹਾਨੂੰ ਵੀ ਕਹੀ ਯਾਰ ਹੋਰ ਸੇਤਾ ਲੱਗਦੇ ਉਹ ਗੱਡੀ ਦੇ ਕੀ ਹਾਂ ਉਹਦਾਈਆਂ ਤੁਹਾਨੂੰ ਵੀ ਯਾਰ ਹੋਰ ਆ ਜਾਓ ਬਸ ਸ਼ਾਪਿੰਗ ਕਰਨ ਆਏ ਹਾਂ देखी जाओ इधरों भी देख लो जेडी सही है पा लो बस जे ना च आ इदा छीक जे हो जे ना ये नहीं पौनी निकलनी ओदा 30 रुपए नु किलो दिंदे है ना पांच तीए 1500 नु होना तो 200 रुपए ही घट लगदी है 1300 नु ओ या बोरी खलाई बाहरो वधिया वधिया है जगाड़ा किनिया बाहरो पानी मार देंदे ना बाहरो आ कट भी यार बड़े बड़े पीस कटा आ तो खराब नहीं हो ये कट आ ही कट लो इधरो कट रेहड़ी ला लिया छोटू जाके चलो जनाब साग फड़िए हम इतने रख दे छोटू साइड से रख दे साग तो वधिया है ना ਇਹ ਹੁਣ ਸਪਲਾਈ ਵੀ ਕਰਨੀ ਪੈਣੀ ਆਪਾਂ ਸਟਾਈਲ ਵਾਲੇ ਫੋਟੋ ਹਾਂ ਉਹਨਾਂ ਨੂੰ ਵੀ ਦੇਣਾ ਐਤਕੀ ਨਾਲ ਪੱਕਾ ਦੇ ਗਿਆ ਉਹਦਾ ਵਾ ਹਾਂ ਮੰਗਦੇ ਹੀਗੇ ਤੇ ਜ਼ਿਆਦਾ ਲੈ ਲਈਏ ਨਾ ਹਾਂਜੀ ਛੋਟੂ ਓਏ ਇਹ ਮੋਟੀਆਂ ਨਹੀਂ ਕੰਦਲਾਂ ਆ ਦੇਸੀ ਆ ਲੱਗਦਾ ਨਾ ਆ ਵਧੀਆ ਆ ਆ ਵਧੀਆ ਹੀ ਮੰਗ ਆ ਗਿਆ ਨਹੀਂ ਕਿੱਦਾਂ ਛੋਟੂ 20 ਰੁਪਏ ਦੇ ਮੰਦਰਾ ਕਰਨਾ ਜ਼ਿਆਦਾ ਹੋ ਰਹਾ शांति है शुक्र आ सब्जी मंडी च नहीं रौला इदा पैंदा हुंदा ना सब्जियां वाली रेंज रोवर ਸਬਜ਼ੀਆਂ ਵਾਲੀ ਰੇਂਜ ਰੋਵਰ ਨਹੀਂ ਜਿੱਡੀ ਗੱਡੀ ਆ ਸਬਜ਼ੀ ਵੀ ਫਿਰ ਉਨੀ ਲੈ ਕੇ ਚੱਲੇ ਹਾਂ ਅਰੇ ਬਾਕੀ ਲਿਫਾਫੇ ਲੈ ਕੇ ਆਉਣਾ ਮੈਂ ਓਕੇ ਜੀ ਦੌੜ ਕੇ ਦੌੜ ਕੇ ਉਹ ਜਨਾਬ ਜੀ ਸਾਗ ਲੈ ਕੇ ਆਉਂਦੇ ਹੋਏ साग 15 किलो लिया स्टेल वाले भाजी ने स्पेशली साग भेजना हर बारी बनाई दा ते करे ही रह जाई दा बाहर मक्खियां है कोई नहीं हुण बनी ना सब्जियां वाली रेंज रो मक्खियां नहीं
ਸਿੱਧੀ ਚਿਤੜਾਂ ਦੇ ਉਹਨਾਂ ਨੇ ਗੱਡੀ ਦੀ ਤਾਰੀਫ ਕੀਤੀ ਸੀ ਯਾਰ ਉਹਦੀ ਕਿਨੀ ਸੀਟ ਆਪਣੇ ਆਪ ਹੀ ਉੱਥੇ ਹੀ ਐਵੇਂ ਥੋੜਾ ਕਹਿੰਦੇ ਦੁਨੀਆ ਰੇਂਜ ਰੋਵਰ ਕੋਈ ਕੋਈ ਰੱਖਦਾ ਜਿਹਦਾ ਹੱਥ ਪੈਂਦਾ ਭਾਵਾਂ ਉਹ ਹੈਗੀ ਨਵੀਂ ਤੇ ਭਾਵਾਂ ਹੈਗੀ ਸੈਕਿੰਡ ਹੈਂਡ ਨਵੀਂ ਦਾ ਤਾਂ ਹਜੇ ਚੱਲ ਜਾਂਦਾ ਨਵੀਂ ਦੀ ਤਾਂ ਸਰਵਿਸ ਹੀ ਹੋਣੀ ਪਤਾ ਉਹਨੂੰ ਕੀ ਹੋਣਾ ਪੁਰਾਣੀ 'ਚ ਜੇ ਕਿਤੇ ਹੈਂਡ ਬ੍ਰੇਕ ਲਾ ਲਈ ਕਿ ਨਹੀਂ ਪੁਰਾਣੀ 'ਚ ਜੇ ਕਿਤੇ ਮਾੜਾ ਮਾੜਾ ਫਾਲਟ ਆ ਗਿਆ ਉਹਨੂੰ ਤੇ ਭੰਗੜੇ ਪਵਾ ਦਿੰਦੀ ਇੱਕ ਵਾਰੀ ਬੈਕ ਮੋੜ ਨਹੀਂ ਆ ਚਲੋ ਜੀ ਸਬਜ਼ੀਆਂ ਲਿਆਉਣੀਆਂ ਸੌਖੀਆਂ ਕਿਤੇ ਚਲੋ ਜਨਾਬ ਜੀ ਹੁਣ ਬਣੀ ਸਬਜ਼ੀਆਂ ਵਾਲੀ ਰੇਂਜ ਰੋਵਰ ਪੂਰੀ ਲੱਦੀ ਪਈ ਆ ਸਿੱਧੀ ਹੌਲੀ ਹੌਲੀ ਸਿੱਧੀ ਉਹਨਾਂ ਦਾ ਪਾਸਾ ਵੀ ਦੇਖਣਾ ਹੁੰਦਾ ਜਿਹੜਾ ਚਲੋ ਪਹੁੰਚ ਕੇ ਜਨਾਬ ਇੱਧਰ ਨੂੰ ਹੁਣ ਸਿੱਧੀ ਜਿਹੀ ਕਰਕੇ ਲਾਉਣੀ ਆਪਾਂ ਠੀਕ ਹੈ ਨਾ ਮੈਂ ਮੈਨੂੰ ਉਤਾਰ ਦਿਉ ਪਹਿਲਾਂ ਮੈਂ ਦੱਸਦਾ ਚਲੋ ਪ੍ਰਧਾਨ ਸਾਹਿਬ ਆ ਜਾਓ ਹੁਣ ਸਾਗ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਸਾਗ ਦਾ ਪ੍ਰੋਸੈਸ ਸ਼ੁਰੂ ਅੱਜ ਤੇ ਜਨਾਬ ਸਾਰਾ ਦਿਨ ਚੌਂਕੇ 'ਚ ਲੰਘੂ ਪਹਿਲੋਂ ਤਾਂ 3 ਘੰਟੇ ਇੱਥੇ ਲੰਘੂ ਫਿਰ 3 ਘੰਟੇ 4 ਘੰਟੇ ਚੌਂਕੇ 'ਚ ਰਾਤ ਦੇ ਵੱਜਣੇ 9 ਫਿਰ ਜਾ ਕੇ ਸਾਗ ਬਣਦਾ ਚਲੋ ਠੀਕ ਆ ਜੀ ਹੁਣ ਅਸੀਂ ਸਾਗ ਮੈਂ ਵੀ ਨਾਲ ਲਵਾ ਦੇਵਾਂ ਅਤੇ ਕੱਲ੍ਹ ਨੂੰ ਮਿਲਦੇ ਹਾਂ ਹੁਣ ਮੈਂ ਅੱਜ ਵੀਡੀਓ ਹੈ ਨਹੀਂ ਸੀ ਤਾਂ ਫਿਰ ਥੋੜ੍ਹੀ ਜਿਹੀ ਫੈਮਿਲੀ ਵਾਲੀ ਬਣਾ ਲਈ ਹੁਣ ਮੈਂ ਗੱਡੀ ਲੈ ਕੇ ਨਿਕਲਣ ਲੱਗਾ ਹਾਂ ਕਿੱਥੇ ਚੱਲਾਂ ਹਾਂ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਪਤਾ ਲੱਗੂਗਾ ਓਕੇ ਇੱਕ ਪਾਸੇ ਕਹਿੰਦੇ ਮੈਂ ਸਾਗ ਦੀ ਹੈਲਪ ਕਰਦੇ ਇੱਕ ਪਾਸੇ ਕਹਿੰਦੇ ਮੈਂ ਗੱਡੀ ਲੈ ਕੇ ਨਿਕਲਾਂ ਹੁਣ ਉਹਨੂੰ ਤਿਆਰ ਤਿਆਰ ਹੁੰਦੇ ਵੀ ਟਾਈਮ ਲੱਗ ਹੀ ਜਾਣਾ ਆ ਦੋ ਚਾਰ ਤੇ ਨਾਲ ਗੱਪਾਂ ਮਾਰ ਲੈਂਦਾ ਇੱਥੇ ਖੜਾ ਹੋ ਕੇ ਚੱਲ ਫਿਰ ਚੱਲੀਏ ਮੈਨੂੰ ਓਕੇ ਫਿਰ ਬਾਏ 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 ਕੱਲ੍ਹ ਨੂੰ ਮਿਲਦੇ ਆਪਾਂ ਬਾਏ ਬਾਏ